ਗ੍ਰਾਮ ਪੰਚਾਇਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸੋ ਅਸੀਂ ਵੈਲਕਮ ਕਰਦੇ ਹਾਂ ਉਸ ਇੰਸਟੀਚਿਊਟ ਨੂੰ ਜਿਹਦੇ ਵਿੱਚੋਂ ਸਾਡਾ ਛੋਟਾ ਵੀਰ ਐਮੀ ਵਿਰਕ ਤਾਲੀਮ ਹਾਸਲ ਕਰਕੇ ਗਿਆ ਸਲਾਮ ਕਰਦੇ ਹਾਂ ਉਸ ਧਰਤੀ ਨੂੰ ਜਿੱਥੋਂ ਤੁਸੀਂ ਇੱਕ ਐਸਾ ਹੀਰਾ ਪ੍ਰੋਡਿਊਸ ਕਰਕੇ ਸਾਡੇ ਪੰਜਾਬ ਨੂੰ ਨਹੀਂ ਬਲਕਿ ਦੁਨੀਆ ਨੂੰ ਦਿੱਤਾ ਜਿਹਦੀ ਰੋਸ਼ਨੀ ਸਾਰੇ ਪਾਸੇ ਫੈਲ ਰਹੀ ਆ ਸੋ ਵੀ ਆਰ ਗ੍ਰੇਟਫੁਲ ਐਂਡ ਥੈਂਕਫੁਲ ਟੂ ਯੂਅਰ ਇੰਸਟੀਚਿਊਟ ਪੱਲਾ ਸਾਹਿਬ ਨੇ ਵੈਸੇ ਸਾਰੀ ਗੱਲ ਦੱਸ ਦਿੱਤੀ ਤੁਹਾਡਾ ਬਹੁਤ ਧੰਨਵਾਦ ਇਸ ਇੰਸਟੀਚਿਊਟ ਦੇ ਸਾਡੀ ਪੰਜਾਬੀ ਇੰਡਸਟਰੀ ਦੇ ਝੋਲੀ ਇੰਨਾ ਵਧੀਆ ਆਰਟਿਸਟ ਇੰਨਾ ਵਧੀਆ ਐਕਟਰ ਔਰ ਇੰਨਾ ਸੋਹਣਾ ਸਿੰਗਰ ਪਾਇਆ ਇੰਨਾ ਵਧੀਆ ਗਾਇਕ ਹੈ ਜਿਹਨੇ ਸਾਰੀ ਦੁਨੀਆ 'ਚ ਸਾਡਾ ਪੰਜਾਬ ਦਾ ਨਾਂ ਤੇ ਤੁਹਾਡੇ ਇਸ ਇੰਸਟੀਚਿਊਟ ਦਾ ਨਾਂ ਕੀਤਾ ਇੱਕ ਵਾਰੀ ਆਪਣੇ ਇੰਸਟੀਚਿਊਟ ਦੇ ਨਾਂ ਤੇ ਤਾੜੀ ਮਾਰ ਲਓ ਗੱਡ ਕੇ ਗਰਾਈ ਕਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਨਾਲ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਦੀ ਪੂਰੀ ਦੀ ਪੂਰੀ ਸਟਾਰ ਕਾਸਟ ਮੌਜੂਦ ਹੈ ਸੋ ਤੁਹਾਡਾ ਸਵਾਗਤ ਕਰਦੇ ਹਾਂ ਸੀਜੀਸੀ ਦੇ ਵੇੜੇ ਵਿੱਚ ਸਵਾਗਤ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਪਿਆਰ ਚੜ੍ਹਦੀ ਕਲਾ ਸਰ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ ਸੀਜੀਸੀ ਆ ਕੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸਰ ਇਹ ਮਹਿਸੂਸ ਹੁੰਦਾ ਹੈ ਮੈਂ ਪੜਿਆ ਇੱਥੇ ਮੇਰਾ 2009 ਦਾ ਬੈਚ ਸੀਗਾ 2K9 ਬੈਚ ਸੀ ਤੇ ਮੈਂ ਆਉਂਦਾ ਆਉਂਦਾ ਭਾਜੀ ਨੂੰ ਆਪਣਾ ਬਲੌਗ ਦਿਖਾ ਰਿਹਾ ਸੀ ਮੈਂ ਕਿਹਾ ਉਹ ਬੀਐਸਸੀ ਬਾਇਓਟੈਕ ਦਾ ਬਲੌਗ ਸੀ ਮੇਰਾ ਸਰ ਐਜ਼ ਅ ਸਟਾਰ ਆ ਕੇ ਕਿਦਾਂ ਮਹਿਸੂਸ ਹੋ ਰਿਹਾ ਸਟਾਰ ਨਹੀਂ ਮੈਂ ਤਾਂ ਇੱਥੇ ਕੀ ਸਟਾਰ ਦੀ ਤਾਂ ਕੀ ਫੀਲਿੰਗ ਲੈ ਕੇ ਆਉਣੀ ਹੈ ਜੀ ਕਿਉਂਕਿ ਮੈਂ ਤਾਂ ਪੜਿਆ ਹਾਂ ਜਿੱਥੇ ਸੋ ਉਹ ਵੈਸੇ ਵੀ ਨਹੀਂ ਕਦੇ ਫੀਲ ਕਰਦੇ ਹੁੰਦੇ ਉਹ ਮਤਲਬ ਐਮ ਪੀ ਉਹ ਸਾਡੇ ਚਾਹੁਣ ਨਾਲ ਲੱਗਦਾ ਹੁੰਦਾ ਵੀ ਇਹ ਸਟਾਰ ਹੈ ਆਪਣੇ ਆਪ ਨੂੰ ਨਹੀਂ ਕਦੇ ਫੀਲ ਹੁੰਦਾ ਆਪਣੇ ਆਪ ਨੂੰ ਤਾਂ ਬਸ ਸ਼ੁਕਰਾਨੇ ਕਰਦੇ ਹੁੰਦੇ ਸੀ ਅੱਜ ਅਸੀਂ ਗੱਡੀ 'ਚ ਬੈਠੇ ਹੁੰਦੇ ਹੁੰਦੇ ਮੈਂ ਕਿਹਾ ਕਿੰਨਾ ਲੋਕ ਪਿਆਰ ਕਰਦੇ ਭਲਾ ਸਭ ਵੀ ਕਹਿੰਦੇ ਯਾਰ ਕਿੰਨੀਆਂ ਦੁਆਵਾਂ ਹੈ ਕਿੰਨੀ ਮਾਲਕ ਦੀ ਮਿਹਰ ਹੈ ਵੀ ਓਡੀ ਸਾਡੀ ਅਜੇ ਮਿਹਨਤ ਹੈ ਨਹੀਂ ਜਿੰਨੀ ਜਿੰਨੇ ਰੱਬ ਨੇ ਭਾਗ ਲਾਏ ਹੈ ਤੇ ਬਾਕੀ ਚਲੋ ਹਰ ਬੰਦਾ ਆਪਣਾ 100% ਦਿੰਦਾ ਜੀ ਚੰਗਾ ਫੀਲ ਹੁੰਦਾ ਚਲੋ ਸਰ ਆਪਾਂ ਆਪਣੀ ਮੂਵੀ ਦੇ ਬਾਰੇ ਗੱਲ ਕਰਦੇ ਹਾਂ ਤੁਹਾਡੀ ਆ ਰਹੀ ਹੈ ਮੂਵੀ ਜੇ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ 28 ਸਪਟੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਮੈਸੇਜ ਕੀ ਹੈ ਮੂਵੀ ਦੇ ਵਿੱਚ ਮੈਸੇਜ ਤੁਸੀਂ ਟ੍ਰੇਲਰ ਦੇਖੋਗੇ ਤੁਹਾਨੂੰ ਸਿੰਪਲੀ ਇੱਕ ਚੀਜ਼ ਉਹਦੇ 'ਚ ਦਿਖ ਜੂਗੀ ਦਾਜ ਦੇ ਵਿੱਚ ਡਾਊਰੀ ਦਾ ਜੋ ਇੱਕ ਪੰਜਾਬ ਦਾ ਇੱਕ ਕਰਸ ਹੈ ਇੱਕ ਮਤਲਬ ਇਹ ਕਹਿ ਲਓ ਵੀ ਪੰਜਾਬ ਦੇ ਵਿੱਚ ਇਹ ਪ੍ਰੋਬਲਮ ਪੰਜਾਬ ਨਹੀਂ ਮਤਲਬ ਆਲਮੋਸਟ ਆਪਣੇ ਏਸ਼ੀਅਨ ਕੰਟਰੀਜ਼ ਇੰਡੀਆ ਪਾਕਿਸਤਾਨ ਇਦਾਂ ਦੀਆਂ ਕੰਟਰੀਆਂ ਬੰਗਲਾਦੇਸ਼ ਇੱਥੇ ਇਹ ਇੱਕ ਰਿਵਾਜ ਦੇ ਵਜੋਂ ਸ਼ੁਰੂ ਹੋਇਆ ਸੀਗਾ ਤੇ ਜਿਹੜਾ ਹੁਣ ਪ੍ਰੋਬਲਮ ਬਹੁਤ ਗਲੇ ਦਾ ਫੰਦਾ ਬਣ ਗਿਆ ਹੈ ਤੇ ਉਹ ਇੱਕ ਫਿਲਮ ਦੇ ਵਿੱਚ ਹੈਗਾ ਬਟ ਉਹਨੂੰ ਫਨੀ ਵੇ ਦੇ ਵਿੱਚ ਟਵੀਟ ਕਰਕੇ ਤੇ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਮੋਸਟਲੀ ਫਿਲਮ ਦੇ ਵਿੱਚ 99% ਐਂਟਰਟੇਨਮੈਂਟ ਆ ਤੇ ਇੱਕ ਅੱਧੀ ਕੋਈ ਵਿੱਚ ਸਿਆਣੇ ਤਰੀਕੇ ਨਾਲ ਗੱਲ ਕਹੀ ਗਈ ਹੈ ਬਾਕੀ ਕਾਮਿਕ ਵੇ ਦੇ ਵਿੱਚ ਚੀਜ਼ਾਂ ਕਹੀਆਂ ਗਈਆਂ ਨੇ ਤੇ ਉਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕੀ ਸਿੱਖ ਕੇ ਆਉਣਾ ਫਿਲਮ ਦੇ ਵਿੱਚ ਬਿਨੂ ਸਰ ਤੁਹਾਡੇ ਤੋਂ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਾਫੀ ਮੂਵੀਜ਼ ਕੀਤੀਆਂ ਨੇ ਇਸ ਮੂਵੀ ਦੇ ਵਿੱਚ ਕੀ ਡਿਫਰੈਂਟ ਹੈ ਉਹ ਪੁਰਾਣੀ ਮੂਵੀਆਂ ਸੀਗੀਆਂ ਜੇ ਨਵੀਂ ਮੂਵੀ ਹੈ ਇਹ ਵੱਖਰੀ ਮੂਵੀ ਹੈ ਜੀ ਵੱਖਰੀ ਸਕ੍ਰਿਪਟ ਹੈ ਔਰ ਜਿਵੇਂ ਐਮੀ ਵੀਰ ਨੇ ਦੱਸਿਆ ਵੀ ਡੋਰੀ ਦੇ ਉੱਤੇ ਹੈਗੀ ਹੈ ਕੋਈ ਇਦਾਂ ਦਾ ਇੱਕ ਵਧੀਆ ਮੈਸੇਜ ਨਾਲ ਜਦੋਂ ਕੋਈ ਮੂਵੀ ਆਉਂਦੀ ਹੈ ਤਾਂ ਬਹੁਤ ਵਧੀਆ ਲੱਗਦਾ ਜੀ ਉਹ ਕਾਮੇਡੀ ਹੈਗੀ ਹੈ ਟੋਟਲ ਹੈ ਨਾ ਔਰ ਜਿਹੜਾ ਫਿਲਮੀ ਜਗਤ ਹੈਗਾ ਉਹ ਹੈਗਾ ਐਂਟਰਟੇਨਮੈਂਟ ਦਾ ਮਾਧਿਅਮ ਬੇਸਿਕਲੀ ਉਹਨੂੰ ਉਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਸਾਰੇ ਲੋਕਾਂ ਨੂੰ ਵੀ ਆਪਾਂ ਅੱਜ ਕੱਲ੍ਹ ਦੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਸਟ੍ਰੈਸਫੁਲ ਲਾਈਫ ਹੈਗੀ ਉਹਦੇ ਵਿੱਚੋਂ ਤੁਹਾਨੂੰ 2-2.5 ਘੰਟੇ ਨਜ਼ਾਤ ਮਿਲ ਜਾਂਦੀ ਹੈ ਤੁਸੀਂ ਫਨ ਕਰਕੇ ਐਨ ਰੀਫਰੈਸ਼ ਹੋ ਕੇ ਵਾਪਸ ਆ ਜਾਂਦੇ ਹੋ ਤਾਂ ਇਹੀ ਮੁੱਦਾ ਸਾਡਾ ਲੋਕ ਅੱਜ ਦੇ ਇਹ ਕਲਯੁਗ ਦੇ ਵਿੱਚ ਲੋਕਾਂ ਦੇ ਚਿਹਰੇ ਤੇ ਮੁਸਕਾਨ ਲੈ ਇਹੀ ਸਾਡਾ ਇੱਕ ਗੋਲ ਹੈਗਾ ਜੀ ਸਰ ਸਾਡੇ ਸੀਜੀਸੀ ਦੇ ਸਟੂਡੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਰ ਮੈਂ ਇਸ ਇੰਸਟੀਚਿਊਟ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਫੈਕਲਟੀ ਸਟਾਫ ਤੇ ਬਾਕੀ ਜਿੰਨੇ ਸਟੂਡੈਂਟਸ ਨੇ ਇੰਨਾ ਮਾਣ ਸਤਿਕਾਰ ਦੇ ਰਹੇ ਨੇ ਅੰਦਰ ਵੜਦਿਆਂ ਨੂੰ ਇਹ ਮੇਰਾ ਖਿਆਲ ਅੰਦਰ ਜ਼ਿਆਦਾ ਹੋਣੇ ਜਿੰਨੇ ਬਾਹਰ ਖੜੇ ਆ ਸੋ ਫਿਲਮ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਲਰੇਡੀ ਇਸ ਸੋਸ਼ਲ ਲੀਵਲ ਨੂੰ ਲੈ ਕੇ ਬਣੀ ਆ ਵੀ ਕਿਸ ਤਰ੍ਹਾਂ ਰੈਡੀਕੇਟ ਕਰਨਾ ਸੀ ਇਸ ਨੂੰ ਐਂਡ ਦੈਟ ਇਜ਼ ਏ ਡੌਰੀ ਸੋ ਇੱਕ ਹੁੰਦਾ ਫਨ ਵੇ ਨਾਲ ਗੱਲ ਕਰਨੀ ਇੱਕ ਹੁੰਦਾ ਐਜੂਕੇਟਿਵ ਵੇ ਨਾਲ ਵੀ ਗੱਲ ਕਰੀ ਚੱਲੋ ਉਹ ਚੀਜ਼ ਸਰਕਾਰੀ ਪ੍ਰਚਾਰ ਲੱਗਣ ਲੱਗ ਜਾਂਦਾ ਜਦੋਂ ਵਿੱਚ ਕੋਈ ਫਨ ਨਾ ਹੋਵੇ ਮੈਸੇਜ ਲਿਫਟਿਆ ਨਾ ਹੋਵੇ ਸ਼ੂਗਰ ਕੋਟਨ ਨਾ ਹੋਵੇ ਸੋ ਜਦੋਂ ਇਹ ਚੀਜ਼ ਫਨ ਦੇ ਆਲੇ ਦੁਆਲੇ ਵੈਬ ਕ੍ਰੀਏਟ ਕਰਕੇ ਇੱਕ ਡੋਜ਼ ਦਿੱਤੀ ਜਾਂਦੀ ਆ ਤਾਂ ਦਰਸ਼ਕ ਦੇਖਣ ਲਈ ਸੁਣਨ ਲਈ ਮਜਬੂਰ ਹੁੰਦੇ ਨੇ ਔਰ ਉਸ 'ਤੇ ਅਮਲ ਕਰਨ ਲਈ ਵੀ ਮਜਬੂਰ ਹੁੰਦੇ ਨੇ ਸੋ ਇਹਦੇ ਵਿੱਚ ਇਕੱਲਾ ਮੈਸੇਜ ਇਹੀ ਨਹੀਂ ਹੈ ਕਿ ਅਸੀਂ ਦਹੇਜ ਬਾਰੇ ਗੱਲ ਕੀਤੀ ਆ ਅਸੀਂ ਐਮ ਬੀ ਏ ਦੀ ਬਹੁਤ ਗੱਲ ਕੀਤੀ ਆ ਐਮ ਬੀ ਏ ਦਾ ਮਤਲਬ ਵੀ ਐਜੂਕੇਸ਼ਨ ਕਰਕੇ ਵੀ ਬੰਦੇ ਨੂੰ ਨੌਕਰੀ ਨਹੀਂ ਮਿਲਦੀ ਚਾਹੇ ਜਿਵੇਂ ਜਿਹੜਾ ਮਰਜ਼ੀ ਡਿਗਰੀ ਕੀਤੀ ਹੋਵੇ ਅਤੇ ਮਜਬੂਰ ਹੋ ਕੇ ਇੱਕ ਛੋਟਾ ਤੋਂ ਛੋਟਾ ਕੰਮ ਵੀ ਕਰਨ ਨੂੰ ਤਿਆਰ ਹੋ ਜਾਂਦਾ ਰੋਜ਼ੀ ਰੋਟੀ ਲਈ ਸੋ ਇਹ ਇੱਕ ਬਹੁਤ ਵੱਡਾ ਮੈਸੇਜ ਆ ਬਾਕੀ ਥੈਂਕਸ ਸਾਡਾ ਇੰਸਟੀਚਿਊਟ ਦਾ ਤੁਸੀਂ ਸਾਨੂੰ ਪ੍ਰਮੋਟ ਕਰਨ ਲਈ ਇੱਥੇ ਬੁਲਾਇਆ ਮੋਰ ਓਵਰ ਇਹ ਐਮ ਬੀ ਜੀ ਦਾ ਇੰਸਟੀਚਿਊਟ ਆ ਅਤੇ ਸਾਨੂੰ ਹੋਰ ਮਾਣ ਹੋਇਆ ਵੀ ਇੱਥੇ ਐਸਾ ਹੀਰਾ ਤੁਸੀਂ ਬਾਹਰ ਕੱਢਿਆ ਅਤੇ ਜਿਹਦੀ ਰੋਸ਼ਨੀ ਆ ਉਹ ਸਾਰੀ ਵਰਲਡ ਉਹ ਇੰਜੋਏ ਕਰ ਰਹੀ ਆ
सो वी आर ग्रेटफुल थैंक यू।